अरे भाई टिंडा दिल भर जी रामा मटी तो कलाकार बहुत बहुत धन्यवाद तय दिलो शुक्र जा रहे ना साड़ी होर भी भरा आओ जी ਆਹੀ ਕਹਿੰਦਾ ਸੀ ਵੀ ਜੱਟ ਨੁਕਰਾ ਘੋੜਾ ਲੈ ਲੈਂਦਾ ਸਾਰੀ ਉਮਰ ਕਾਠੀ ਨਹੀਂ ਪਾ ਸਕਦਾ ਖੇਸ ਰਹੀ ਸਾਰ ਲੈਂਦਾ ਸੋ ਸਾਡੇ ਸਤਿਕਾਰਯੋਗ ਜੀ ਜਗਦੀਪ ਜੋਗਾ ਮੇਰਾ ਛੋਟਾ ਬ੍ਰਦਰ ਜੀ ਆਖਦੇ ਜੀ ਜਿੰਨੇ ਉਹਨਾਂ ਦੇ ਨਾਲ ਸੱਜਣ ਆਏ ਐ ਕਹਿੰਦੇ ਉੱਚੀਆਂ ਲੰਮੀਆਂ ਸਰਦ ਖਜ਼ੂਰਾਂ ਪੱਤਰ ਜਿਨ੍ਹਾਂ ਦੇ ਸਾਵੇ ਜਿਸ ਦਮ ਦੇ ਨਾਲ ਪ੍ਰੀਤ ਸਾਡੀ ਉਹ ਦਮ ਨਜ਼ਰ ਨਾ ਆਵੇ ਤੇਰੇ ਵਾਜੋਂ ਗਲੀਆਂ ਸੁਨੀਆਂ ਜਾਪਣ ਮੈਨੂੰ ਵਿਹੜਾ ਵੜਵੜ ਖਾਵੇ ਗੁਲਾਮ ਫਰੀਦ ਉੱਥੇ ਕੀ ਬਸਣਾ ਜਿੱਥੇ ਯਾਰ ਨਜ਼ਰ ਨਾ ਆਵੇ ਜਿੱਥੇ ਯਾਰ ਨਜ਼ਰ ਨਾ ਆਵੇ ਸੋ ਅੱਜ ਮੇਲੇ ਵਿੱਚ ਮੇਰਾ ਯਾਰ ਬੈਠਾ ਹੈ ਜੋਗਾ ਸਾਹਿਬ ਕਹਿੰਦਾ ਸਾਰਾ ਮੇਲਾ ਮੈਂ ਬਹਿ ਕੇ ਵੇਖਣਾ ਮੈਂ ਕਿਹਾ ਭਾਈ ਤੇਰੀ ਮੌਜ ਹੈ ਇੱਕ ਤੇਰੀ ਮੌਜ ਫਕੀਰਾਂ ਵਾਲੀ ਅਸੀਂ ਤਾਂ ਤੇਰੇ ਦਰ ਤੇ ਆਏ ਹਾਂ ਕਰ ਲਓ ਥੋੜ੍ਹੀ ਸਾਈਡ ਪ੍ਰੈਸ ਬਿਰਸਾ ਨਿਊਜ ਟੀਵੀ ਸੁਖਦੇਵ ਸਿੰਘ ਜੀ
पत्रकार साहबान अच्छा जी सो आने वाले दिनों में साडा महफल का शिंगार बनना साडा भी आर वी सिद्धू साहब सो दुआवां भाई ढेर सारियां असीं भी तुहाडे नाल काम करांगे कहिंदे किसी को मासूर देती है किसी को साज देती है किसी को तख्त देती है किसी को ताज देती है जिस पे मेहरबान हो जाए सरस्वती सिद्धू साहब उसे खूबसूरत आवाज देती है सो ढेर सारियां दुआवां दिंदे तुहानूं भाई हां जी ठीक हो सेट है कहिंदे माड़ी तार ते माड़ा यार ते माड़ी सरकार ते माड़ा रिश्तेदार बंदे नूं लै के बैठ जांदा ਮੈਨੂੰ ਅਗਲੇ ਕਲਾਕਾਰ ਦਾ ਵੀ ਨਾਮ ਦੱਸ ਦੇ ਕਰੋ ਭਾਈ ਉਹ ਤੋਂ ਪਹਿਲਾਂ ਆ ਜਾਓ ਜੀ ਤੁਸੀਂ ਲਾ ਲਓ ਦਗਾਣਾ ਕੋਈ ਆ ਜਾਓ ਹਲੇ ਭਾਈ ਗਰਾਲ ਫੌਗੀ ਜੀ ਦਵਾਣਾ ਸਾਹਿਬ ਕਹਿੰਦਾ ਤੁਰਨ ਖਲੌੜੀਆਂ ਤੇ ਲਾ ਦੂੰ ਮਿੱਠੀਏ ਲੈ ਆ ਜਾ ਦੂਜੇ ਧਰ ਲੈ ਸਾਡਾ ਵੱਡਾ ਵੀਰ ਸਾਡਾ ਰਿਸ਼ਤੇਦਾਰ ਬਾਈ ਜੱਗਾ ਜੀ ਮਾਖੇ ਵਾਲਾ ਬਹੁਤ ਸਾਰਾ ਮਾਣ ਸਤਿਕਾਰ ਦੇ ਕੇ ਗਿਆ ਤੇ ਮਾਲ ਕਈ ਕਿਰਪਾ ਕਰੀ ਰੱਖੀ ਆਜ
ਵੱਡੇ ਵੀਰ ਬਿੰਦਰ ਵਾਸੀ ਜੀ ਬਹੁਤ